ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਦਾ ਸੁਭਾਅ ਦੇਖੋ ਕਿ ਬੁਰਤ ਨਾ ਕਸ਼ਟ ਹੈ ਲੱਕੜ ਨੂੰ ਪਾਣੀ ਡੋਬਦਾ ਨਹੀਂ ਪਾਣੀ ਦਾ ਸੁਭਾਅ ਬਣ ਗਿਆ ਲਾਜ ਗਹਿ ਕਹ ਆਪਣੋ ਹੀ ਪ੍ਰਤਿ ਪਾਰਿਉ ਹੈ ਪਾਣੀ ਕਿਉਂ ਨਹੀਂ ਲੱਕੜ ਨੂੰ ਡੋਬਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਲਾਜ ਰੱਖਦਾ ਪਾਣੀ ਇਸ ਗੱਲ ਨੂੰ ਚੇਤੇ ਰੱਖਦਾ ਕਿ ਇਹਦੇ ਤਾਈ ਮੈਂ ਪਾਲਣ ਪੋਸ਼ਨ ਕੀਤਾ ਹੈ ਇਹ ਮੇਰਾ ਪਾਲਿਆ ਹੋਇਆ ਦਰਖਤ ਤੇ ਲੱਕੜ ਹੈ ਜਿਹੜੀ ਕਾਸਟ ਮੇਰੇ ਸਾਹਮਣੇ ਆਇਆ ਇਹ ਮੇਰਾ ਹੀ ਪਾਲਿਆ ਹੋਇਆ ਹੈ ਮੈਂ ਨੂੰ ਪਾਣੀ ਸਿੰਜ ਸਿੰਜ ਕੇ ਦੀਆਂ ਦੜਾਂ ਚ ਫੇਰ ਇਹਨੂੰ ਵੱਡਾ ਕੀਤਾ ਮੇਰੀ ਪਰਵਰਸ਼ ਕੀਤੀ ਆਪਣਾ ਪਾਲਿਆ ਹੋਇਆ ਜਾਣ ਕੇ ਉਸ ਨੂੰ ਡੋਬਦਾ ਨਹੀਂ ਉਸ ਨੂੰ ਮਾਰਦਾ ਨਹੀਂ ਜਿਵੇਂ ਜੀਵ ਨੇ ਅੱਥੀ ਕੋਈ ਵਸਤੂ ਪਾਲੀ ਹੋਵੇ ਨਾ ਤੇ ਉਹਨੂੰ ਮਾਰਨਾ ਮਕਾਉਣਾ ਬੜਾ ਮੁਸ਼ਕਲ ਹੈ ਪਾਣੀ ਵੀ ਲੱਕੜ ਨੂੰ ਐਸੀ ਕਰਕੇ ਡੋਬਦਾ ਨਹੀਂ ਬਾਈ ਸਾਹਿਬ ਦੂਜਾ ਪਰਮਾਨੰਦ ਇਹ ਕਹਿੰਦੇ ਜੁਗਵਤ ਕਾਸ਼ਟ ਰੇ ਦੰਤਰ ਵਿਸੰਤਰ ਕਹਿੰਦੇ ਬੜੇ ਜੁਗਤੀਆਂ ਨਾਲ ਬੜੇ ਢੰਗ ਦੇ ਨਾਲ ਤਰੀਕੇ ਦੇ ਨਾਲ ਜਿਹੜੀ ਲੱਕੜ ਹੈ ਨਾ ਲੱਕੜ ਦੇ ਅੰਦਰ ਅੱਗ ਟਿਕੀ ਹੋਈ ਹੈ ਹਰ ਲੱਕੜ ਦੇ ਅੰਦਰ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਸਗਲ ਬਨਸਪਤ ਮੈਂ ਬੈਸੰਤਰ ਸਾਰੇ ਜਿੰਨੀ ਬਨਸਪਤੀ ਹਰਿਆਵਲਤਾ ਦੇ ਸੈਤ ਦਿਸ ਰਹੀਏ ਪਾਦਸ਼ਾਹ ਕਹਿੰਦੇ ਉਹਦੇ ਵਿੱਚ ਬੈਸੰਤਰੇ ਉਹਦੇ ਵਿੱਚ ਅੱਗ ਛੁਪੀ ਹੋਈ ਏ ਉਹਦੇ ਅੰਦਰ ਅੱਗ ਟਿੱਕੀ ਹੋਈ ਏ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੂ ਜੀਆ ਔਰ ਮਹਾਰਾਜ ਕਹਿੰਦੇ ਚਾਹੇ ਛੋਟਾ ਚਾਹੇ ਵੱਡਾ ਚਾਹੇ ਉੱਚਾ ਚਾਹੇ ਨੀਵਾਂ ਚਾਹੇ ਗੰਗਾਲ ਚਾਹੇ ਬਾਦਸ਼ਾਹ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਟਿਕੀ ਹੋਈ ਹੈ ਜਿਸ ਤਰ੍ਹਾਂ ਬਨਸਪਤੀ ਦੇ ਅੰਦਰ ਅਗ ਟਿਕੀ ਹੋਈ ਹੈ ਇਥੇ ਭਾਈ ਸਾਹਿਬ ਕਹਿੰਦਿਆ ਬੜੇ ਢੰਗ ਨਾਲ ਉਹਦੇ ਰਿਦ ਅੰਤਰ ਲੱਕੜ ਦੇ ਅੰਦਰ ਬੈਸੰਤਰ ਹੈ ਲੱਕੜ ਅੱਗ ਨੂੰ ਆਪਣੇ ਵਿੱਚ ਟਿਕਾ ਕੇ ਰੱਖਦੀ ਏ ਵਿਸਾ ਕੇ ਰੱਖਦੀ ਏ ਭਾਈ ਗੁਰਦਾਸ ਸਾਹਿਬ ਕਹਿੰਦੇ ਬੈ ਸੰਤਰੰਤਰ ਲੈ ਕਸ਼ਟ ਪ੍ਰਜਾਰਿਓ ਹੈ ਕਹਿੰਦੇ ਉਹੀ ਲੱਕੜ ਜਿਹਦੇ ਅੰਦਰ ਅੱਗ ਸੀ ਨਾ ਤੇ ਉਹਨੇ ਅੱਗ ਨੂੰ ਸੰਭਾਲ ਕੇ ਰੱਖਿਆ ਸੀ ਤੇ ਜਦੋਂ ਅੱਗ ਬਾਰੀ ਤੌਰ ਤੇ ਲਪਟਾਂ ਕੱਢਣ ਲੱਗ ਪਈ ਬਹੁਤ ਉੱਚੀਆਂ ਉੱਚੀਆਂ ਉਹਦੀਆਂ ਲਪਟਾਂ ਨਿਕਲੀਆਂ ਭਾਈ ਗੁਰਦਾਸ ਸਾਹਿਬ ਕਹਿੰਦੇ ਉਸ ਆਗ ਦੇ ਵਿੱਚ ਲੱਕੜਾ ਨੂੰ ਪਾ ਦਿੱਤਾ ਔਰ ਲੱਕੜਾ ਨੂੰ ਆਗ ਨੇ ਸਾੜ ਕੇ ਸੁਆਹ ਕਰ ਦਿੱਤਾ ਆਗ ਲੱਕੜਾ ਨੇ ਆਪਣੇ ਵਿੱਚ ਰੱਖੀ ਟਕਾ ਕੇ ਰੱਖੀ ਵਸਾ ਕੇ ਰੱਖੀ ਸੰਭਾਲ ਕੇ ਰੱਖੀ ਪਰ ਜਦੋਂ ਲੱਕੜਾ ਆਗ ਵਿੱਚ ਆਈਆਂ ਆਗ ਨੇ ਸਾੜ ਕੇ ਮੁਕਾ ਦਿੱਤੀਆਂ ਖਤਮ ਕਰ ਦਿੱਤੀਆਂ ਸਵਾ ਬਣਾ ਦਿੱਤੀਆਂ ਕਹਿੰਦੇ ਉਹਨੇ ਗਣ ਕੀਤਾ ਉਸਨੇ ਔਗਣ ਕੀਤਾ ਭਾਈ ਗੁਰਦਾਸ ਸਾਹਿਬ ਤੀਜਾ ਪਰਮਾਨ ਦੇਂਦੇ ਨੇ ਕਹਿੰਦੇ ਅਗਰਹਿ ਜਲ ਬੋਰ ਕੱਢ ਵੱਡੇ ਮੁੱਲ ਤੱਕ ਇੱਕ ਅਗਰਮ ਨਾਮ ਦਾ ਕਾਠ ਲੱਕੜ ਕਹਿੰਦੇ ਅਗਰ ਨੋ ਚੰਦਨ ਕਪੂਰ ਅਗਰ ਆਦ ਇਹ ਸੁਗੰਧਤਾ ਵਾਲੀਆਂ ਵਸਤੂ ਨੇ ਕਹਿੰਦੇ ਬਈ ਅਗਰ ਜਿਹੜਾ ਨਾ ਉਹਦੀ ਲੱਕੜ ਨੂੰ ਪਾਣੀ ਜਾਣ ਬੁਝ ਕੇ ਡੋਬ ਦਿੰਦਾ ਜੇ ਉਹ ਲੱਕੜ ਡੁੱਬੇ ਨਾ ਅਗਰ ਦੀ ਲੱਕੜ ਡੁੱਬੇ ਨਾ ਤੇ ਕਹਿੰਦੇ ਬਈ ਉਹਦਾ ਮੁੱਲ ਕੋ ਨਹੀਂ ਪੈਂਦਾ ਮੁੱਲ ਫਿਰ ਸਮਝਿਆ ਜਾਂਦਾ ਬਈ ਇਹ ਅਗਰ ਦੀ ਲੱਕੜ ਨਹੀਂ ਹੈ ਜੇ ਉਹ ਡੁੱਬ ਜਾਵੇ ਫਿਰ ਉਹਦਾ ਪਤਾ ਲੱਗ ਜਾਂਦਾ ਬਿਲਕੁਲ ਇਹ ਸਹੀ ਆ ਇਸ ਕਰਕੇ ਪਾਣੀ ਜਿਹੜਾ ਹੈ ਉਹਨੂੰ ਜਾਣ ਬੁਝ ਕੇ ਡਬੋਂਦਾ ਕਿਉਂ ਵੱਢੇ ਮੁੱਲ ਤਾਂ ਕੋ ਉਹਦਾ ਮੁੱਲ ਹੋਰ ਪੈ ਜਾਵੇ ਉਹਦੀ ਉਪਮਾ ਹੋਰ ਵਧੇ ਉਹਦੀ ਅਸਲੀਅਤ ਦੁਨੀਆ ਦੇ ਸਾਹਮਣੇ ਆਵੇ ਭਈ ਇਹ ਅਸਲੀ ਹੈ ਉਹਦੇ ਅਸਲੀ ਨਕਲੀ ਦਿਆ ਕਹਿੰਦੇ ਨਿਸ਼ਾਨੀ ਇਹ ਕਿ ਡੁੱਬ ਜਾਵੇ ਤੇ ਅਗਰ ਅਸਲੀ ਤਰਦਾਵੇ ਤਾਂ ਨਕਲੀ ਇਸ ਕਰਕੇ ਉਹਨੂੰ ਪਾਣੀ ਡੋਬਦਾ ਉਹਦੀ ਪ੍ਰਭਤਾ ਵਧਾਉਣ ਦੇ ਲਈ ਕਹਿੰਦੇ ਪਾਵਕ ਪ੍ਰਦਗਦਕ ਹੈ ਅਦਕ ਔਟਾਰੇ ਉਹ ਹੈ ਕਹਿੰਦੇ ਉਹੀ ਅਗਰ ਨੂੰ ਅੱਗ ਦੇ ਵਿੱਚ ਪਾ ਦਿੱਤਾ ਪਾਵਕ ਅਗਨੀ ਦੇ ਵਿੱਚ ਉਹਨੇ ਸਾੜ ਕੇ ਸਵਾਹ ਬਣਾ ਦਿੱਤਾ ਉਸੇ ਨੂੰ ਉਹਨੂੰ ਖਤਮ ਕਰ ਦਿੱਤਾ ਉਹਨੂੰ ਨਾਸ਼ਟ ਕਰਕੇ ਉਸਨੇ ਰੱਖ ਦੇਣਾ ਕੀਤਾ ਭਾਈ ਸਭ ਚੌਥੇ ਪਰਮਾਨੰਦ ਦੁਆਰਾ ਕਹਿੰਦੇ ਤਉ ਤਕੁਰ ਦਰ ਚੋਇ ਚੁ ਆਹੂਈ ਸਲਲ ਮਿਲਾ ਕਹਿੰਦੇ ਫਿਰ ਕੀ ਕਰਦੇ ਹੋ ਅਗਰ ਦੀਆਂ ਲੱਕੜਾਂ ਦੇ ਟੁਕੜੇ ਬਣਾ ਕੇ ਉਹਨੂੰ ਪਾਣੀ ਦੇ ਵਿੱਚ ਸਿੱਟ ਕੇ ਥੱਲੇ ਅੱਗ ਮਚਾਉਣੀ ਆਰੰਭ ਕਰ ਦਿੰਦੇ ਆ ਫਿਰ ਉਹ ਆਵਾਲੇ ਖਾਂਦੀ ਆ ਪਾਣੀ ਦੇ ਵਿੱਚ ਲੱਕੜ ਉਬਲਾ ਉਬਲ ਕੇ ਉਸ ਅਗਰ ਦੀ ਲੱਕੜ ਵਿੱਚੋਂ ਪਾਣੀ ਦਾ ਸੰਗ ਕਰਕੇ ਸੇਕ ਦੇ ਨਾਲ ਉਹਦਾ ਰਸ ਲਾਲ ਨਿਕਲਣ ਲੱਗ ਜਾਂਦਾ ਵਿੱਚੋਂ ਤੇ ਜਦੋਂ ਨਿਕਲਦਾ ਤੇ ਉਹਨੂੰ ਜਿਹੜਾ ਬਣਾਇਆ ਜਾਂਦਾ ਇਤਰਾਦ ਇਹ ਬਈ ਇਹ ਬਹੁਤ ਹੀ ਸੁੰਦਰ ਹੈ ਔਰ ਅਗਰ ਦਾ ਜਿਹੜਾ ਰਸ ਤੇ ਉਹ ਪਾਣੀ ਨਾ ਮਿਲ ਕੇ ਔਰ ਲਾਲ ਸੁਹਾ ਉਹ ਦਾੰਦਾ ਜਿਵੇਂ ਖੂਨ ਨੇ ਤੇ ਉਹਦਾ ਰਸ ਕੱਢ ਲੈਂਦੇ ਕਹਿੰਦੇ ਪਾਣੀ ਨੇ ਫੇਰ ਵੀ ਉਹਦਾ ਉਗਣ ਨਾ ਦਾ ਨਿਆ ਉਸ ਦੀ ਪ੍ਰਭਤਾ ਵਧਾਈ ਚੋਆ ਹੋਏ ਸੱਲ ਮੈਲਾ ਉਹ ਉਹਦੇ ਵਿੱਚ ਨੁਚੜਿਆ ਅਗਰ ਪਾਣੀ ਵਿੱਚ ਕਹਿੰਦੇ ਔਗਣੇ ਗੁਣ ਮੰਨੇ ਹੈ ਤਾਂ ਉਹਦਾ ਔਗਣ ਪਰ ਉਹਦਾ ਗੁਣ ਇਹ ਮੰਨਿਆ ਬਈ ਦਾ ਰਾਸ ਨਿਕਲ ਆਇਆ ਹੁਣ ਦੁਨੀਆ ਦੇ ਵਿੱਚ ਐਦਾ ਵੀ ਮੁੱਲ ਪਵੇਗਾ ਬਿਰਦ ਵਿਚਾਰਿਓ ਹੈ ਕਹਿੰਦੇ ਪਾਣੀ ਨੇ ਉਸ ਆਪਣੀ ਪਾਲੀ ਹੋਈ ਲੱਕੜ ਨੂੰ ਨਾ ਮਚਣ ਦਿੱਤਾ ਪਾਲੇ ਹੋਏ ਦੀ ਲਾਜ ਰੱਖਦਿਆਂ ਆਪ ਉਬਾਲੇ ਖਾਦੇ ਆਪ ਪਾਣੀ ਅੱਗ ਤੇ ਮਚਦਾ ਰਿਆ ਤੇ ਉਹਦੀ ਮਹਿਮਾ ਵਧਾ ਦਿੱਤੀ ਕਹਿਣ ਲੱਗੇ ਇਸੇ ਤਰ੍ਹਾਂ ਸਤ ਗੁਰੂ ਹੈ ਜਿਵੇਂ ਔਰ ਉਹਨਾਂ ਔਗਣ ਕੀਤੇ ਉਹਨੇ ਗੁਣ ਸਮਝੇ ਕਹਿੰਦੇ ਸਤ ਗੁਰੂ ਔਗਣ ਨਹੀਂ ਚਿਤਾਰਦਾ ਤੂੰ ਗੁਰੂ ਕੋਲ ਆ ਓਏ ਵੇਖਦਾ ਤੂੰ ਚੰਗਾ ਕਿੰਨਾ ਕੀ ਤੇਰੇ ਕੋਲ ਆਸ਼ਾਈ ਕਿੰਨੀ ਕੀ ਗੁਰੂਕੁਲਾ ਮਹਾਰਾਜ ਕਹਿੰਦਿਆ ਹਮ ਹਰੀ ਹਰੀ ਮਹਾਰਾਜ ਹਰੀ ਪਰਮਾਤਮਾ ਵੈ ਗੁਰੂ ਅਸੀਂ ਸੰਸਾਰ ਦੇ ਜੀਵੇ ਹਮ ਚੰਦਨ ਤੂੰ ਚੰਦਨ ਹਮ ਏ ਰੰਡ ਬਾਪਰੇ ਮਹਾਰਾਜ ਤੂੰ ਤੈਂ ਚੰਦਨ ਤੇ ਅਸੀਂ ਆ ਰੰਡ ਦਾ ਦਰਖਤ ਤੁਮ ਚੰਦਨ ਹਮ ਏ ਰੰਡ ਬਾਪਰੇ ਸੰਗ ਤੁਮਹਾਰੀ ਬਾਸਾ ਨੀਚ ਰੂਖ ਤੇ ਉੱਚ ਭਏ ਹੈ ਗੰਧ ਸੁਗੰਧ ਨਿਵਾਸਾ ਮਹਾਰਾਜ ਅਸੀਂ ਤਾਂ ਨਿਰਗੰਧ ਸਾਂ ਤੇਰੇ ਕੋਲ ਆਏ ਤੇਰਾ ਸੰਗ ਕੀਤਾ ਤੇ ਬਾਦਸ਼ਾਹ ਸੁਗੰਧੀ ਪਰ ਗਈ ਹਰ ਗੁਣ ਉੱਚ ਨੀਚ ਹਮ ਗਾਏ ਮਹਾਰਾਜ ਹਰ ਗੁਣ ਉੱਚ ਤੇਰੇ ਉੱਚੇ ਗੁਣ ਨੇ ਉੱਚ અપਾਰ ਬੇਅੰਤ Swami ਕੌਣ ਦਾਣੇ ਗੁਣ ਤੇਰੇ ਤੂੰ ਉੱਚ ਹੈ ਤੇ ਤੇਰੇ ਗੁਣ ਉੱਚੇ ਆ ਨੀਚ ਹਮ ਗਾਏ ਅਸੀਂ ਨੀਵਿਆਂ ਨੇ ਵੀ ਗੋ ਗਾਏ ਗਾਇਨ ਕੀਤੇ ਧਾਇਆ ਔਰ ਗੁਰ ਸਤਗੁਰ ਸੰਗ ਸਖੇ ਗੁਰੂ ਦੇ ਨਾਲ ਮਿਲ ਗਏ ਗੁਰੂ ਨਾਲ ਮਿਲ ਕੇ ਉਹਨਾਂ ਨੂੰ ਗਾਇਆ ਜਿਉ ਚੰਦਨ ਸੰਗ ਬਸੇ ਨਿਮ ਬਿਰਖਾ ਕਹਿੰਦੇ ਜਿਵੇਂ ਚੰਦਨ ਦੇ ਕੋਲ ਨਾ ਨਿਮ ਦਾ ਬਿਰਸ਼ ਵਸਦਾ ਹੋਵੇ ਨਿਮ ਦਾ ਤੇ ਮਹਾਰਾਜ ਕਹਿੰਦਿਆ ਗੁਣ ਚੰਦਨ ਕੀ ਬਖਸ਼ੇ ਤੇ ਚੰਦਨ ਫਿਰ ਆਪਣੀ ਸੁਗੰਧੀ ਉਸ ਨਿਮ ਦੇ ਪੌਦੇ ਦੇ ਵਿੱਚ ਭਰ ਦਿੰਦਾ ਆ ਮਹਾਰਾਜ ਹੈ ਤਾਂ ਅਸੀਂ ਨਿਮ ਵਰਗੇ ਕੜਵੇ ਅਗਣਿਆਰੇ ਭਾਰੇ ਪਰ ਤੇਰਾ ਸੰਗ ਕਰਨ ਕਰਕੇ ਤੇਰਾ ਸਾਥ ਕਰਨ ਕਰਕੇ ਮੇਰੇ ਦਾਤਿਆ ਤੂੰ ਸਾਡੇ ਤੇ ਕਿਰਪਾ ਕੀਤੀ ਅਬਗਣ ਆਰਿਆ ਨੇ ਤੇ ਵੀ ਮੇਰ ਕਰਕੇ ਗੁਣ ਬਖਸ਼ ਦਿੱਤੇ ਸਾਨੂੰ ਆਪਣੇ ਮਾਲੇ ਸੁਗੰਧਤਾ ਬਖਸ਼ ਦਿੱਤੀ ਰ ਮਹਾਰਾਜ ਤੁ ਸਾਡੇ ਤੇ ਕਿਰਪਾ ਕੀਤੀ ਅਗਲੇ ਕਬੀਤ ਦੁਆਰਾ ਭਾਈ ਸੱਭ ਕਹਿੰਦੇ ਨੇ ਸਲਲੋ ਸੁਭਾਵ ਜੈ ਸਿ ਨਿਮਨ ਗਵਨ ਗੁਨਾ ਭਾਈ ਗੁਰਦਾਸ ਸੱਭ ਕਹਿੰਦੇ ਪਾਣੀ ਦਾ ਸੁਭਾਅ ਇਹ ਹਮੇਸ਼ਾ ਨਿਵਾਨ ਵੱਲ ਨੂੰ ਚੱਲਦਾ ਹੈ ਆਪਣੇ ਆਪ ਚੱਲਦਾ ਹੈ ਬਿਨਾਂ ਕਿਸੇ ਰੋਕ ਟੋਕ ਦੇ ਚੱਲਦਾ ਇਹਦਾ ਸੁਭਾਅ ਅਰ ਸਿਚੀ ਆਤ ਉਪਬਨ ਬਿਰਵ ਵਲ ਲਗਾਈ ਕ ਸਿੰਝਦਾ ਜਿੰਨੀਆਂ ਖੇਤੀਆਂ ਨੇ ਜਿੰਨੇ ਫਲ ਫੁੱਲ ਪੌਦੇ ਬੂਟੇ ਨੇ ਸਾਰਿਆਂ ਨੂੰ ਸਰਸਬਜ਼ ਕਰ ਦਿੰਦਾ ਹੈ ਪਾਣੀ ਸਿੰਝ ਸਿੰਝ ਕੇ ਭਾਈ ਸਾਹਿਬ ਕਹਿੰਦੇ ਜਲ ਮਿਲ ਬਿਰਖੈ ਕਰ ਤ ਉਰਦ ਤਪ ਫਿਰ ਪਾਣੀ ਜਿਹੜਾ ਪੌਦਿਆਂ ਦੀ ਪਰਵਰਸ਼ ਕਰਦਾ ਉਹਨਾਂ ਨੂੰ ਖੁਰਾਕ ਦਿੰਦਾ ਹਰਿਆਵਲ ਤਾਂ ਬਖਸ਼ਦਾ ਤੇ ਉਹ ਜਿਹੜੇ ਪੌਦੇ ਨੇ ਦਰਖਤ ਨੇ ਉਹ ਵੀ ਫਿਰ ਸਿਰ ਪਰ ਹੋ ਕੇ ਤਪ ਕਰਦੇ ਨੇ ਕਿਉਂਕਿ ਉਹਨਾਂ ਦਾ ਮੁੱਢ ਤਾਂ ਥੱਲੇ ਆ ਨਾ ਪੱਤੇ ਹੀ ਉੱਪਰ ਟਹਿਣੀਆਂ ਹੀ ਉੱਪਰੇ ਪੁੱਠੇ ਹੋ ਕੇ ਤਪ ਕਰਦੇ ਉਰਦ ਤਪ ਪੁੱਠੇ ਹੋ ਕੇ ਤਪ ਕਰਦੇ ਸਾਖਾ ਨੈ ਸਫਲ ਹੋਈ ਝੁਕ ਰਹੇ ਆਇ ਕਹ ਕਹਿੰਦੇ ਪੁੱਠੇ ਲਟਕਦੇ ਤੇ ਉਹਨਾਂ ਦੀਆਂ ਨਵੀਆਂ ਨਵੀਆਂ ਟਹਿਣੀਆਂ ਸਾਖਾਾਂ ਮਾ ਪੈਦਾ ਹੁੰਦੀਆਂ ਤੇ ਉਹ ਉਪਰੋਂ ਥੱਲੇ ਨੂੰ ਝੁਕਦੀਆਂ ਨੇ ਨਿਰਮਾਨਤਾ ਦੇ ਨਾਲ ਕਿਉਂਕਿ ਨਿਵਾਨ ਨੂੰ ਵਹਿਣ ਵਾਲੇ ਦਾ ਸੰਗ ਹੋ ਗਿਆ ਨਿਮਰਤਾ ਵਾਲੇ ਦਾ ਤੇ ਔਰ ਉਹ ਨਿਮਰਤਾ ਵਿੱਚ ਝੁਕਣ ਲੱਗ ਪਏ ਟਹਿਣੀਆਂ ਤੇ ਪੱਤੇ ਥੱਲੇ ਨੂੰ ਭਾਈ ਸਾਹਿਬ ਕਹਿੰਦੇ ਫਿਰ ਉਹਨੂੰ ਫੁੱਲ ਲੱਗਨੇ ਆਰੰਭ ਹੋ ਗਏ ਫਲ ਲੱਗਨੇ ਆਰੰਭ ਹੋ ਗਏ ਉਸ ਪੌਦੇ ਨੂੰ ਦਰਖਤ ਨੂੰ ਪਈ ਗੁਰਦਾਸ ਸਾਹਿਬ ਕਹਿੰਦੇ ਪਨ ਹਨ ਤ ਫਲ ਦਾਈ ਕਾਟੇ ਹੋਏ ਨੌਕਾ ਕਹਿੰਦੇ ਜਦ ਉਸ ਨੂੰ ਫਲ ਪੱਕ ਗਏ ਨਾ ਉਸ ਦਰਖਤ ਨੂੰ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਸ ਵੇਲੇ ਕਿਸੇ ਦੀ ਪਹੁੰਚ ਫਲ ਤੱਕ ਨਾ ਹੋ ਸਕੇ ਤੇ ਉਹਨੇ ਵੱਡਾ ਸਾਰਾ ਡਲਾ ਚੱਕਿਆ ਤੇ ਦਰਖਤ ਦੇ ਮਾਰਿਆ ਵਗਾ ਕੇ ਤੇ ਉਹ ਜਾ ਕੇ ਉਹਦੇ ਨਾਲ ਟਕਰਾਇਆ ਤੇ ਉਹਨੇ ਡਲਾ ਮਾਰਿਆ ਉਹਨੇ ਫਲ ਥੱਲੇ ਸਿੱਟ ਦਿੱਤਾ ਡਲਾ ਖਾ ਕੇ ਉਹਨੂੰ ਫਲ ਦੇਣਾ ਕੀਤਾ ਫਲ ਉਹ ਪੱਥਰ ਪਿਆ ਮਾਰਦਾ ਉਹ ਫਲ ਦਿੰਦਾ ਤੇ ਫਿਰ ਕੋਈ ਕਹਾੜਾ ਲੈ ਕੇ ਕੋਠਾਰ ਲੈ ਕੇ ਆ ਗਿਆ ਉਹਨੇ ਆ ਕੇ ਉਹ ਦਰਖਤ ਨੂੰ ਕੱਟ ਦਿੱਤਾ ਤੇ ਕੱਟ ਕੇ ਵੱਢ ਕੇ ਲੋਹੇ ਦੇ ਨਾਲ ਤੇ ਫਿਰ ਕਹਿੰਦੇ ਹੋਏ ਨੌਕਾ ਨੌਕਾ ਮਨੰਦਾ ਬੇੜੀ ਕਿਸ਼ਤੀ ਉਹਦੇ ਲੋਹੇ ਨਾਲ ਉਹਨੂੰ ਦਰਖਤ ਨੂੰ ਕਟਿਆ ਕੱਟ ਕੇ ਉਹਦੇ ਫਾੜੇ ਬੁਣਾਏ ਤੇ ਫਿਰ ਉਹਦੀ ਕਿਸ਼ਤੀ ਬੁਣਾਈ ਗਈ ਚੀਰ ਪਾ ਪਾ ਕੇ ਤੇ ਫਿਰ ਕਹਿੰਦੇ ਲੋਸਟ ਕਛਦਾ ਵਿੱਦ ਬੰਦਨ ਬੰਧਾਏ ਕੈ ਭਾਈ ਗੁਰਦਾਸ ਸਾਹਿਬ ਕਹਿੰਦੇ ਪਹਿਲਾਂ ਲੋਹੇ ਨਾਲ ਕਟਿਆ ਫਿਰ ਚੀਰਿਆ ਫਿਰ ਲੋਹੇ ਦੀਆਂ ਪੱਤੀਆਂ ਮੇਖਾਂ ਕਿੱਲ ਲਿਆਂਦੇ ਉਹਦੇ ਨਾਲ ਛੇਦਿਆ ਔਰ ਸ਼ਨ ਨਿਸ਼ਾਨੀ ਕਰ ਦਿੱਤਾ ਵਿੱਚ ਲਾ ਲਾ ਕੇ ਉਹਦੇ ਲੋਹੇ ਦੀਆਂ ਪੱਤੀਆਂ ਤੇ ਮੇਖਾਂ ਲਾ ਲਾ ਕੇ ਉਹਦੀ ਕਿਸ਼ਤੀ ਬਣਾਉਂਦੇ ਆ ਉਹਨੂੰ ਸ਼ਨ ਨਿਸ਼ਾਨੀ ਕਰ ਦਿੱਤਾ ਔਰ ਉਹਨੂੰ ਉਹਦੇ ਵਿੱਚ ਬੰਨ੍ਹ ਦਿੱਤਾ ਬੇੜੀ ਬਣ ਗਈ ਕਿਸ਼ਤੀ ਬਣ ਗਈ ਤੇ ਫਿਰ ਭਾਈ ਸਾਹਿਬ ਕਹਿੰਦੇ ਪਰਬਲ ਪ੍ਰਵਾਹ ਸੁੱਤ ਸਤਰ ਗਹਿ ਪਾਰ ਪਰੈ ਕਹਿੰਦੇ ਪਾਣੀ ਦਾ ਬੜਾ ਪਰਬਲ ਤੇਜ ਪ੍ਰਵਾਹ ਚੱਲਦਾ ਕਿਸਤੀ ਵਿੱਚ ਚੱਲਦੀ ਆ ਤੇ ਹੁਣ ਪਾਣੀ ਦਾ ਪੁੱਤ ਪਾਲਿਆ ਹੋਇਆ ਹੈ ਕਾਠ ਲੱਕੜ ਤੇ ਉਹਦਾ ਵੈਰੀ ਇਹ ਲੋਹਾ ਜਿਹੜਾ ਨੂੰ ਕੱਟਣ ਵਾਲਾ ਭਾਈ ਗੁਰਦਾਸ ਸਾਹਿਬ ਕਹਿੰਦੇ ਆਪਣੇ ਪੁੱਤਰ ਦੇ ਨਾਲ ਉਹ ਲੋਹਾ ਕਾਠ ਨਾਲ ਜੁੜਿਆ ਹੋਣ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੂੰ ਵੀ ਉਪਾਰ ਕਰ ਦਿੰਦਾ ਹੈ ਉਸ ਲੋਹੇ ਨੂੰ ਵੀ ਜਿਉਂ ਲੋਹਾ ਕਾਠ ਸੰਗੋਆ ਜਿਵੇਂ ਲੋਹਾ ਕਾਠ ਦੇ ਨਾਲ ਸੰਗ ਹੋ ਗਿਆ ਤੇ ਉਹ ਲੋਹਾ ਵੀ ਤਰ ਗਿਆ ਨਹੀਂ ਤੇ ਲੋਹੇ ਦੀ ਛੋਟੀ ਤੋਂ ਛੋਟੀ ਚੀਜ਼ ਵੀ ਪਾਣੀ ਵਿੱਚ ਸਿੱਟੋਂਗੇ ਤਿਰਦੀ ਨਹੀਂ ਡੁੱਬ ਜਾਂਦੀ ਉਹ ਕਿਸ਼ਤੀ ਦੇ ਵਿੱਚ ਲੋਹਾ ਰੱਖ ਕੇ ਭਰਗੇ ਵੀ ਪਾਰ ਹੋ ਗਈ ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖ ਦਾ ਸੰਗ ਕਰ ਲਵੇ ਗੁਰਮੁਖ ਨਾਲ ਚੱਲੇ ਤੇ ਅਵਗਨਿਆਰਾ ਵੀ ਬਖਸ਼ਿਆ ਜਾਵੇਗਾ ਜੇਵੇਂ ਅਰ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ ਨਾ ਗੁਰਮਖ ਦੇ ਨਾਲ ਰਹਿਣ ਵਾਲਾ ਵੀ ਤਰ ਜਾਂਦਾ ਆ ਉਹਦਾ ਪਾਰ ਉਤਾਰਾ ਵੀ ਹੋ ਜਾਂਦਾ ਹੈ ਸਤ ਗੁਰ ਸਿੱਖ ਦੋਖੀ ਤਾਰੇ ਸਮਝਾਏ ਕੈ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਤਾਂ ਦੋਖੀ ਅਰ ਸੁਖ ਵਾਲਾ ਨਹੀਂ ਹੈ ਤਾਂ ਦੁਸ਼ਟ ਸਤ ਗੁਰੂ ਉਹ ਸਿੱਖਾਂ ਦੇ ਦੁਖੀ ਜਿਹੜਾ ਹੈ ਨਾ ਉਹਨੂੰ ਵੀ ਸਮਝਾ ਕੇ 부ਝਾ ਕੇ ਉਹਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ ਉਹਨੂੰ ਵੀ ਮੁਕਤ ਕਰ ਦਿੰਦੇ ਨੇ ਬੰਧਨਾਤੋਂ ਕਿ ਭਲਿਆ ਉਹ ਜੇ ਕੰਮ ਨਾ ਕਰਿਆ ਕਰ ਭਲੇ ਕਰਿਆ ਕਰ ਤੇਰਾ ਭਲਾ ਹੋ ਜਾਵੇ ਗਈ ਬੁਰਾ ਕਰੇਗਾ ਤੇ ਤੂੰ ਬਖਸ਼ ਕੇ ਦੇਣੀ ਉੰਜਾਣਾ ਉਹਨੂੰ ਮਾਰਗ ਤੇ ਤੁਰ ਕੇ ਮੰਜਲਵਾਲ ਨੂੰ ਤੋੜ ਦਿੰਦੇ ਨੇ ਤਾਂ ਹੀ ਕਹਿੰਦੇ ਵੀ ਭਲੇਆਂ ਦਾ ਸੰਗ ਕਰੋ ਭਲੇ ਦਾ ਸੰਗ ਕੀਤਾ ਲੱਕੜ ਦਾ ਸੰਗ ਕੀਤਾ ਤੇ ਲੋਹਾ ਤਰ ਗਿਆ ਗੁਰਮਖ ਦਾ ਸੰਗ ਕੀਤਾ ਤੇ ਅਵਗਣ ਆਰਾ ਵੀ ਤਰ ਗਿਆ ਗੁਰੂ ਦੇ ਕੋਲ ਆਇਆ ਗੁਰੂ ਦੇ ਬਖਸ਼ੇਤ ਦੇ ਨਾਲ ਬਖਸ਼ਿਆ ਗਿਆ ਤੇ ਸੂਝ ਆ ਗਈ ਉਸ ਅੱਗੇ ਮਾਰਗ ਤੇ ਚੱਲ ਪਿਆ ਤੇ ਗੁਰੂ ਨੇ ਬਖਸ਼ ਦਿੱਤਾ ਭਾਈ ਸਾਹਿਬ ਅਗਲੇ ਕਬੀਤ ਦੁਆਰਾ ਕਿਰਪਾ ਕਰ ਦੇ ਕਹਿੰਦੇ ਗੁਰ ਉਪਦੇਸ਼ ਪਰਵੇਸ਼ ਕਰ ਭੈ ਭਵਨ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਕਮਾਵੇ ਤੇ ਗੁਰੂ ਦਾ ਉਪਦੇਸ਼ ਜਿਹੜਾ ਨਾ ਉਹ ਹਿਰਦੇ ਵਿੱਚ ਪਰਵੇਸ਼ ਕਰ ਜਾਵੇ ਹਿਰਦੇ ਦੇ ਅੰਦਰ ਵਾਸਾ ਕਰ ਜਾਵੇ ਖਿਰਦੇ ਦੇ ਅੰਦਰ ਭੈ ਤੇ ਪਾਵਣੀ ਭੈ ਗੁਰੂ ਤੋਂ ਡਰਨਾ ਭਾਵਨਾ ਹਿਰਦਾ ਪ੍ਰੇਮ ਸੰਜੁਗਤੋ ਜਾਣਾ ਗੁਰੂ ਅਨਕੂਲ ਹੋ ਜਾਣਾ ਉਹ ਭਾਵਨਾ ਬਣਦਾ ਏ ਖਿਰਦੇ ਦੇ ਅੰਦਰ ਪ੍ਰਭੂ ਵਾਲੀ ਪਾਵਣੀ ਭਗਤ ਭੈ ਉਸ ਭਾਵਨਾ ਦੇ ਸਹਿ ਧੋਕੇ ਭਗਤੀ ਕਰੇ ਤੇ ਐਸੀ ਭਗਤੀ ਭਾਵਨਾ ਨਾਲ ਕੀਤੀ ਹੋਈ ਮਹਾਰਾਜ ਕਹਿੰਦੇ ਨੇ ਫਿਰ ਪਾਏ ਪ੍ਰੇਮ ਦੇ ਨਾਲ ਹਿਰਦੇ ਦੇ ਅੰਦਰ ਪਰਮਾਤਮਾ ਪ੍ਰਗਟ ਹੁੰਦਾ ਆ ਪਾਵਣੀ ਭਗਤ ਪਾਏ ਚਾਹ ਲੈ ਚਾਏ ਕੈ ਚਾਈ ਲੈ ਹੈ ਕਹਿੰਦੇ ਫਿਰ ਉਹ ਜਿੱਦੂ ਪਾਵਣਾ ਅੰਦਰ ਆਜੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਉਹ ਚਾ ਚਾ ਦੇ ਨਾਲ ਚਾਈ ਚਾਈ ਬੜਾ ਖੁਸ਼ ਹੋ ਕੇ ਖੁਸ਼ੀ ਦੇ ਨਾਲ ਖੁਸ਼ੀ ਖੁਸ਼ੀ ਉਹ ਪਰਮਾਤਮਾ ਦੀ ਨਾਮ ਨੂੰ ਜਪਦਾ ਹੈ ਉਹ ਪਰਮਾਤਮਾ ਵੱਲ ਨੂੰ ਚੱਲਦਾ ਮਾਰਗ ਤੇ ਤੁਰਦਾ ਉਸ ਪਾਸੇ ਨੂੰ ਜਾਂਦਾ ਹੈ ਪਰਮਾਤਮਾ ਵੱਲ ਨੂੰ ਔਰ ਉਹਦੀ ਚਾਹ ਉਤਸ਼ਾਹ ਅੰਦਰ ਦਾ ਵਧਦਾ ਹੀ ਜਾਂਦਾ ਹੈ ਘਟਦਾ ਨਹੀਂ ਭਾਈ ਸਾਹਿਬ ਕਹਿੰਦੇ ਸੰਗਮ ਸੰਜੋਗ ਭੋਗ ਸਹਿਜ ਸੁਮਾਦ ਸਾਧ ਭਾਈ ਗੁਰਦਾਸ ਸਾਹਿਬ ਕਹਿੰਦੇ ਐਸਾ ਮਿਲਾਪ ਹੋਇਆ ਐਸਾ ਔਸਰ ਸਮਾਂ ਮਿਲਿਆ ਕੇ ਜਿੰਨੇ ਭੋਗਾ ਨੂੰ ਮੰਨਦਾ ਸੀ ਪਦਾਰਥਾਂ ਨੂੰ ਮੰਨਦਾ ਸੀ ਉਹਨਾਂ ਦੇ ਸਹਿ ਧੋਕੇ ਤੇ ਅਰ ਸਹਿਜ ਅੰਦਰ ਸ਼ਾਂਤੀ ਆਉਣ ਲੱਗ ਪਈ ਕਿਉਂ ਭਲੀ ਪ੍ਰਕਾਰ ਅੰਦਰੋ ਜੁੜ ਗਿਆ ਹੈ ਸੰਗ ਕਰਕੇ ਅਰ ਜੁੜ ਗਿਆ ਤੇ ਅੰਦਰ ਸ਼ਾਂਤੀ ਆਉਣ ਲੱਗ ਪਈ ਤੇ ਉਹਨ ਚਲਦਾ ਚਲਦਾ ਸਮਾਧੀ ਸਤਿਤ ਹੋ ਗਿਆ ਗੁਰੂ ਦੇ ਵਿੱਚ ਸਮਾ ਗਿਆ ਸਥਿਤੀ ਪ੍ਰਾਪਤ ਕਰ ਲਈ ਟਿਕਾਉ ਪ੍ਰਾਪਤ ਕਰ ਲਿਆ ਅੰਦਰੋਂ ਟਿਕ ਗਿਆ ਤੇ ਅੰਦਰ ਨੂੰ ਸਵਾਰ ਕੇ ਫਿਰ ਤਨ ਸਾਦ 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 ਸੁਦਾਇਆ ਔਰ ਉਹ ਸਾਧਨਾ ਕਰਦਾ ਕਰਦਾ ਇੰਨੀ ਪਵਿੱਤਰਤਾ ਹੋ ਗਈ ਔਰ ਇੰਨਾ ਸ਼ੁੱਧ ਹੋ ਗਿਆ ਔਰ ਪ੍ਰਭੂ ਦੇ ਨਾਲ ਮਿਲ ਗਿਆ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਹੁਣ ਇੰਨੀ ਕਲਣਾ ਵਾਲਾ ਹੋ ਗਿਆ ਕਿ ਮਿਲਦਿਆਂ ਸਾਰੀ ਮਲਾਪ ਹੋ ਜਾਂਦਾ ਹੈ ਪ੍ਰਭੂ ਦੇ ਨਾਲ ਉਹ ਪ੍ਰਭੂ ਨਾਲ ਮਿਲ ਗਿਆ ਪ੍ਰੇਮ ਰਸ ਅੰਮ੍ਰਿਤ ਕਾ ਰਸ ਕੁ ਰਸੀਲੇ ਹੈ ਪਰਮਾਤਮਾ ਦੇ ਪ੍ਰੇਮ ਰਸ ਦੇ ਰਸੀਏ ਬਣ ਗਏ ਤੇ ਉਸ ਰਸ ਨੂੰ ਮੰਨਦਿਆਂ ਮੰਨਦਿਆਂ ਰਸ ਨਾਲ ਭਰ ਗਏ ਔਰ ਰਸ ਵਾਨ ਬਣ ਗਏ ਰਸ ਹਿਰਦੇ ਦੇ ਅੰਦਰ ਉਹ ਭਰ ਆਇਆ ਜਿਹੜਾ ਪ੍ਰਭੂ ਦੇ ਨਾਮ ਵਾਲਾ ਸੀ ਭਾਈ ਸਾਹਿਬ ਕਹਿੰਦੇ ਬ੍ਰਹਮ ਬਬੇ ਕਟੇਕ ਇਕ ਇਕ ਔ ਅਨੇਕ ਲੇਵਾ ਬ੍ਰਹਮ ਅਕਾਲ ਪੁਰਖ ਵੈਗਰੂ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਬ ਵੇਕ ਦੋ ਨਹੀਂ ਉਹ ਇੱਕ ਹੈ ਇਹ ਨਹੀਂ ਕਿ ਇੱਕ ਸੰਸਾਰ ਇਹ ਤੇ ਇੱਕ ਦੂਜਾ ਹੈ ਉਹ ਨਿਰਗੁਣ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ 모ਹੀ ਉਹ ਨਿਰਗੁਣ ਰੂਪ ਵਿੱਚ ਵੀ ਤੇ ਸਰਗੁਣ ਰੂਪ ਵਿੱਚ ਵੀ ਹੈ ਉਹ ਜਿਹੜਾ ਨਿਰਗੁਣ ਹੈ ਉਹ ਸਰਗੁਣ ਸੰਸਾਰ ਵਿੱਚ ਦਿਖਾਈ ਉਦੋਂ ਦਿੰਦਾ ਜਦੋਂ ਟੇਕ ਏਕ ਜਦੋਂ ਇੱਕ ਦੀ ਟੇਕ ਲੈ ਲਈ ਇੱਕ ਤੇ ਭਾਵਨਾ ਆ ਗਈ ਇੱਕ ਦਾ ਅਰਾਧੀ ਬਣ ਗਿਆ ਇੱਕ ਨੌ ਚਿਤਵਨ ਵਾਲਾ ਬਣ ਗਿਆ ਤੇ ਫਿਰ ਕੀ ਹੁੰਦਾ ਆ ਅਨੇਕ ਲਿਵ ਅਨੇਕਤਾ ਵਿੱਚ ਤੁਰਦਿਆਂ ਹੋਇਆਂ ਜਦੋਂ ਲਿਵ ਪਰਮਾਤਮਾ ਵੱਲੋਂ ਲਾਈ ਹੋਈ ਜੁੜੀ ਹੋਈ ਔਰ ਟੁੱਟੀ ਨਹੀਂ ਜੁੜੀ ਹੋਈ ਅਨੇਕਤਾ ਵਿੱਚ ਲਿਵ ਟੁੱਟਦੀ ਆ ਜਦੋਂ ਸੰਸਾਰ ਵਿੱਚ ਪਰਵੇਸ਼ ਜੀਵ ਕਰਦਾ ਹੈ ਨਾ ਉਸ ਵੇਲੇ ਲਿਬ ਟੁੱਟਦੀ ਆ ਲਿਬ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਹਾਰਾਜ ਕਹਿੰਦੇ ਜਦੋਂ ਅਨੇਕਤਾ ਦੇ ਵਿੱਚ ਇੱਕ ਨੂੰ ਅਰਾਧੇਗਾ ਉਦੋਂ ਲਿਬ ਟੁੱਟੇਗੀ ਨਹੀਂ ਜੁੜੀ ਰਹੇਗੀ ਬਿਮਲ ਬੈਰਾਗ ਫਭ ਸ਼ਭ ਕੈ ਸ਼ਬਿਲੀ ਹੈ ਫਿਰ ਉਜਵਲ ਬੈਰਾਗ ਆਵੇਗਾ ਉਹ ਜਿਨੂੰ ਮਹਾਰਾਜ ਕਹਿੰਦੇ ਮਨ ਬੈ ਰਾਗ ਭਿਆ ਦਰਸ਼ਨ ਦੇਖਣੇ ਦਾ ਚਾਉ ਅੰਦਰ ਬੈ ਰਾਗ ਉਪਜੇਗਾ ਪਰਮਾਤਮਾ ਨੂੰ ਮਿਲਨ ਦਾ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਔਰ ਭਾਈ ਸਾਹਿਬ ਕਹਿੰਦੇ ਉਹ ਪਵਿੱਤਰ ਹੋਵੇਗਾ ਤੇ ਉਹਦੀ ਫੱਬ ਉਹਦੀ ਸੋਭਾ ਉਹਦੀ ਸ਼ਬੀ ਜਿਹੜੀ ਆ ਉਸ ਸੋਭਾ ਦੇ ਨਾਲ ਉਹ ਸੋਭਾ ਵਾਲੇ ਬਣ ਜਾਂਦੇ ਨੇ ਕੋਈ ਮਾਪ ਤੋਲ ਨਹੀਂ ਸਕਦਾ ਉਹਨਾਂ ਦਾ ਕਿੰਨਾ ਕੁ ਅਦਬ ਤੇ ਸਤਕਾਰ ਹੁੰਦਾ ਹੈ ਜਿਨ੍ਹਾਂ ਦੀ ਹਿਰਦੇ ਵਿੱਚ ਨਿਰੰਕਾਰ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਚੌਥਾ ਪਰਮਾਨ ਦੇਂਦੇ ਆ ਪਰਮੱਦ ਪੁੱਤ ਗਤ ਅਤ ਅਸਚਰਜ ਮੈਂ ਕਹ ਲੱਗੇ ਉਹਨਾਂ ਦੀ ਗਤ ਹਾਲਤ ਜਿਹੜੀ ਆ ਨਾ ਉਹ ਅਦੁੱਪਤ ਹੁੰਦੀ ਏ ਅਲੌਕਿਕ ਜਈ ਹੁੰਦੀ ਏ ਕੋ ਦੁਨੀਆ ਦੀ ਵਸਤੂ ਐਜੰਪਲ ਲਈ ਪਾਲਿਆਂ ਮਿਲਦੀ ਨਹੀਂ ਬਈ ਇਹੋ ਜਿਹੀ ਹੁੰਦੀ ਆ ਉਹ ਅਦਪੁੱਤ ਉਹਨਾਂ ਦੀ ਹਾਲਤ ਅਤਿਸ਼ੇ ਕਰਕੇ ਬੜੀ ਹਰਾਨੀ ਜਨ ਕੁਝ ਜਈ ਹੁੰਦੀ ਹਰਾਨੀ ਜਨ ਕਿਸ ਲਈ ਹੁੰਦੀ ਆ ਕਿ ਮਨੁੱਖ ਨੇ ਉਹ ਜਈ ਕੋਈ ਵਸਤੂ ਦੇਖੀ ਨਹੀਂ ਜਿਹਦਾ ਮੂਲੰਕਨ ਕਰ ਸਕੇ ਬਈ ਇਹ ਐਦੇ ਵਰਗੀ ਆ ਬਈ ਇਹਦਾ ਸਵਾਦ ਐਹੋ ਜਿਹਾ ਹੈ ਇਹਦਾ ਰੰਗ ਇਹੋ ਜਿਹਾ ਹੈ ਉਹ ਜੀ ਕੋਈ ਵਸਤੂ ਮਿਲਦੀ ਨਹੀਂ ਇਸ ਲਈ ਹੈਰਾਨ ਹੋ ਜਾਂਦਾ ਹੈ ਤਾਂ ਕੁਝ ਅੱਜ ਤੱਕ ਮੈਂ ਦੇਖਿਆ ਨਹੀਂ ਜਿਹੜੇ ਪਰਿਪੂਰਨ ਪ੍ਰਮਾਤਮਾ ਨੂੰ ਜਪਦੇ ਆਂ ਜਪਦੇ ਆਂ ਦੇਦਾਰ ਕਰਦੇ ਨੇ ਉਹਨਾਂ ਨਾਲ ਵੀ ਅਦੁੱਪਤ ਕ੍ਰਿਸ਼ਮੇ ਵਰਤਦੇ ਨੇ ਕਿ ਐਸਾ ਦੁਨੀਆ ਦੇ ਵਿੱਚ ਕੋਈ ਨਹੀਂ ਜਿਹੋ ਜੇ ਰੂਪ ਅਸੀਂ ਰੱਬ ਦੇ ਉਲੇਕੇ ਹੋਏ ਨੇ ਐਸਾ ਕੁਝ ਨਹੀਂ ਉਹ ਤਾਂ ਕੁਝ ਹੋਰ ਹੈ ਉਹਨਾਂ ਨਾਲ ਵੀ ਇਹ ਕ੍ਰਿਸ਼ਮੇ ਦੇੜੇ ਵਾਪਰਦੇ ਕਹਿੰਦੇ ਬਿਸਮਾ ਬਾਦੇ ਉਨ ਮੰਨ ਉਨ ਮਿਲੇ ਹੈ ਉਹ ਇਹ ਸੰਸਾਰ ਦੇ ਅੰਦਰ ਰਹੰਨਿਆ ਹੋਆ ਬਾਦੇ ਮੁਕਤ ਹੋ ਜਾਂਦੇ ਨੇ ਇਹਦੇ ਤੋਂ ਰਹਿਤ ਹੋ ਜਾਂਦੇ ਨੇ ਸ਼ਰੀਰ ਤੋਂ ਅਗੇਰੇ ਨਿਕਲ ਜਾਂਦੇ ਰਹੰਦੇ ਸ਼ਰੀਰ ਵਿੱਚ ਨਿਕਲ ਅਗੇਰੇ ਜਾਂਦੇ ਦੇ ਤੌਰ ਰਹਿਤ ਹੋ ਜਾਂਦੇ ਜਦ ਚਾਹੋਂ ਇਹਨੂੰ ਛੱਡ ਸਕਦੇ ਆ ਜਿੰਨਾ ਚਿਰ ਚਾਹੋਂ ਇਹਦੇ ਵਿੱਚ ਰਹਿ ਸਕਦੇ ਨੇ ਔਰ ਉਸ ಪರಿਪੂਰਨ ਪਰਮਾਤਮਾ ਦੇ ਨਾਲ ਉਹਨਾਂ ਨੇ ਆਪਣੀ ਲਿਬ ਜੋੜੀ ਆ ਕਿ ਉਹ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ ਪਰਮਾਤਮਾ ਨਾਲ ਜੁੜ ਕਰਕੇ ਭਾਈ ਸਾਹਿਬ ਅਗਲੇ ਕਬੀਤ ਦੁਆਰਾ ਕਿਰਪਾ ਕਰਦੇ ਨੇ ਔਰ ਜਾਲਾ ਕਰ ਕਾਮਨਾ ਕਮਰਤੀ ਕਰਮ ਕੀਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿੰਨਾ ਚਿਰ ਔਰ ਕਾਮਨਾ ਸਹਿਤ ਹੋਏ ਮਨੁੱਖ ਨੇ ਅਰ ਕਾਮਨਾ ਵਾਲੇ ਕਰਮ ਸੰਸਾਰ ਵਿੱਚ ਕੀਤੇ ਵੀ ਮੈਨੂੰ ਆ ਚਾਹੀਦਾ ਹੈ ਮੈਂ ਆ ਕਰਾਂ ਤੇ ਆ ਮਿਲੇਗਾ ਆ ਕਰਾਂ ਤੇ ਆ ਮਿਲੇਗਾ ਕਾਮਨਾਵਾਂ ਕਾਮਨਾਵਾਂ ਦੇ ਤਹਿਤ ਹੀ ਸੰਸਾਰ ਚੱਲਦਾ ਹੈ ਕਾਮਨਾਵਾਂ ਦਾ ਖਿੱਚਿਆ ਹੋਇਆ ਹੀ ਬੰਦਾ ਨਰੰਕਾਰ ਵੱਲ ਨੂੰ ਚੱਲਦਾ ਹੈ ਕੋਈ ਵਿਰਲਾ ਹੈ ਜਿਹੜਾ ਕਾਮਨਾਵਾਂ ਤੋਂ ਰਹਿ ਤੋਕੇ ਪਰਮਾਤਮਾ ਨੂੰ ਅਰਾਧੇ ਨਹੀਂ ਤੇ ਕਾਮਨਾ ਦੇ ਸਹਿਤ ਹੋ ਕੇ ਆ। ਮਹਾਰਾਜ ਕਹਿੰਦੇ ਬਈ ਉਹ ਕਾਮਨਾ ਜਾ ਲਵ ਕਰ ਕਾਮਨਾ ਜਿੰਨਾ ਚਿਰ ਹਿਰਦੇ ਵਿੱਚ ਕਾਮਨਾਵਾਂ ਨੇ ਇਛਾਵਾਂ ਨੇ। ਕਹਿੰਦੇ ਕਮਾਰਤੀ ਕਰਮ ਕੀਨੇ ਉਹ ਕਾਮਨਾ ਕਰੀ ਨੇ ਜਿਹੜੇ ਕਰਮ ਕੀਤੇ ਜੋ ਪ੍ਰਜਨਨ ਕੀਤਾ ਜੋ ਕਾਰੋਬਾਰ ਕੀਤਾ। ਕਹਿੰਦੇ ਪੂਰਨ ਮਨੋਰਥ ਭੈਉ ਨਾ ਕਹੂ ਕਾਮਕੋ ਕਹਿੰਦੇ ਮਨੂਰਥ ਮਨ ਦੀ ਇੱਛਾ ਪੂਰੀ ਨਾ ਹੋਈ ਕਿਹੜੀ ਕਰਦਾ ਤਾਂ ਕਾਮਨਾ ਤਹਿਤ ਕਰਮੇ ਪਾਲਦਾ ਨਿਰੰਕਾਰ ਨੂੰ ਪਾਲਦਾ ਬ੍ਰਹਮ ਦੀ ਸੂਝ ਬੂਝ ਕਿ ਉਹ ਮਿਲ ਜਾਏ ਕਹਿੰਦੇ ਉਹ ਕਰਮ ਉਹ ਪੂਰੇ ਨਾ ਹੋਇਆ ਉਹਦਾ ਪਰਜੋਜਨ ਜਾਉ ਲੋਕਰ ਆਸਾ ਅਸਵੰਤ ਹੋਏ ਆਸਰੂ ਗਿਓ ਕਹ ਲੱਗੇ ਜਦੋਂ ਤੱਕ ਇੱਛਾਵਾਨ ਹੋ ਕੇ ਛਾ ਦੇ ਸਹਤ ਹੋ ਕੇ ਔਰ ਆਸਰੋ ਗयो ਆਸਰਾ ਪਕੜਿਆ ਬਈ ਮੈਨੂੰ ਆ ਮਿਲੇ ਇਧਰ ਨੂੰ ਹੋ ਜਾਵਾ ਭਾਈ ਸਾਹਿਬ ਕਹਿੰਦੇ ਵਹੋ ਫਿਰਿਓ ਠੌਰ ਠੌਰ ਜਿੰਨਾ ਚਿਰ ਆਸ਼ਾਵਾਂ ਦੇ ਮੰਗਰ ਦੌੜਿਆ ਨਾ ਵਸਤੂਆਂ ਦੇ ਮੰਗਰ ਦੌੜਿਆ ਉਨਾ ਚਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਥਾਂ ਥਾਂ ਤੇ ਪਟਕਣਾ ਪਿਆ ਕਦੇ ਇੱਧਰ ਨੋ ਕਦੇ ਉੱਧਰ ਨੋ ਕਿੱਥੇ ਜਾਈਏ ਕਿੱਥੋਂ ਇਹ ਕਾਰਜ ਰਾਸ ਆਵੇ ਭਾਈ ਸਾਹਿਬ ਕਹਿੰਦੇ ਪਾਏ ਉਹਨਾਂ ਬਿਸਰਾਮ ਕੋ ਟਿਕਾਣਾ ਮਿਲਿਆ ਹੀ ਨਹੀਂ ਸਥਿਰਤਾ ਮਿਲ ਹੀ ਨਹੀਂ ਅੰਦਰ ਦਾ ਟਿਕਾਉ ਮਿਲਿਆ ਹੀ ਨਹੀਂ ਜਿਵੇਂ ਜਿਵੇਂ ਸੰਸਾਰ ਵਿੱਚ ਵਿਚਰਿਆ ਤੁਰਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਬਿਰਤੀ ਖੁੰਡਾਓ ਵੱਲ ਨੂੰ ਗਏ ਕਿਉਂਕਿ ਜੇ ਇੱਕ ਕਾਮਨਾ ਪੂਰੀ ਹੁੰਦੀ ਆ ਨਾ ਇਹ ਪਿੱਛੇ 100 ਕਾਮਨਾ ਨੂੰ ਉਪਜਾ ਜਾਂਦੀ ਏ ਪੈਦਾ ਕਰ ਜਾਂਦੀ ਏ ਤੇ ਉਹਨ 100 ਨੂੰ ਪੂਰੀ ਕਰਦੇ ਆ ਕਿੰਨੀਆਂ ਪਿੱਛੇ ਉਪਜਣ ਗਈਆਂ ਇਹ ਕਾਮਨਾਵਾਂ ਇਛਾਵਾਂ ਹੀ ਆਵਾਗਮਨ ਦਾ ਚੱਕਰ ਬੰਦੀਆਂ ਨੇ ਇਨ੍ਹਾਂ ਕਾਮਨਾਵਾਂ ਤੇ ਹੀ ਜਿੱਤ ਪ੍ਰਾਪਤ ਕਰਨੀ ਆ ਭਾਈ ਇਹ ਨਾ ਉਪਜਣਾ ਭਾਈ ਸਾਹਿਬ ਕਹਿੰਦੇ ਜਾ ਲੋ ਕਰ ਮਮਤਾ ਮਮਤਾ ਮੂਡ ਬੋਝ ਲੀਨਾ ਕਹਿ ਲੱਗੇ ਮੂਡ ਨੇ ਮੂਰਖ ਨੇ ਸੰਸਾਰ ਦੇ ਵਿੱਚ ਮਮਤਾ ਦਾ ਜਕੜਿਆ ਹੋਇਆ ਮੋਹ ਦੇ ਜਕੜੇ ਹੋਏ ਨੇ ਮੇਰਾ ਮੇਰਾ ਕਰਨਿਆ ਸੰਸਾਰ ਦਾ ਬੋਝ ਭਾਰ ਜਿਹੜਾ ਸੀ ਆਪਣੇ ਸਿਰ ਲੈ ਲਿਆ ਮੇਰੇ ਤੋਂ ਬਗੈਰ ਤਾਂ ਹੋਂਣਾ ਨਹੀਂ ਮੇਰੇ ਤੋਂ ਬਗੈਰ ਹਾਲਾਂਕਿ ਸੱਚ ਤਾਂ ਇਹ ਆ ਕਿ ਸੰਸਾਰ ਨੂੰ ਚਲਾਉਂਦਾ ਨਿਰੰਕਾਰ ਹੈ ਪਰਿਵਾਰ ਨੂੰ ਚਲਾਉਂਦਾ ਨਰੰਕਾਰ ਏ ਪਰਿਵਾਰ ਅੰਦਰ ਸੁਖ ਸੁਭ ਦਾਮਾ ਬਖਸ਼ਣਹਾਰ ਨਰੰਕਾਰ ਏ ਸਾਡੇ ਸ਼ਾਦੀਰਾਂ ਨੂੰ ਚਲਾਉਣ ਵਾਲਾ ਨਰੰਕਾਰ ਵੈਗੁਰੂ ਹੈ ਮਨੁੱਖ ਦੀ ਇੰਨੀ ਹਉਮੈ ਵੱਧ ਗਈ ਕਿ ਮਨੁੱਖ ਹਰ ਗੱਲ ਤੇ ਕਹਿੰਦਾ ਮੈਂ ਨਾ ਹੋਵਾਂ ਤੇ ਆ ਨਹੀਂ ਹੋਣਾ ਮੈਂ ਨਾ ਹੋਵਾਂ ਤੇ ਆ ਨਹੀਂ ਹੋਵਾਂ ਸਾਡੇ ਤਨ ਨੂੰ ਪਰਿਵਾਰ ਨੂੰ ਕਾਰੋਬਾਰ ਨੂੰ ਹਰ ਜਗ੍ਹਾ ਤੇ ਸਭ ਕੁਝ ਨਰੰਕਾਰ ਕਰਦਾ ਹੈ ਤੇ ਮਨੁੱਖ ਦੀ ਹਉਮੈ ਵਧੀ ਕਹਿੰਦਾ ਜੇ ਮੈਂ ਗੁਰਦੁਆਰੇ ਮੰਦਰ ਮਸਜਿਦ ਨਾ ਨਾ ਜਾਵਾਂ ਤੇ ਇਹਨਾਂ ਨੂੰ ਦਾ ਪਤਾ ਹੀ ਨਹੀਂ ਇਹਦਾ ਬੇੜਾ ਗਰਖ ਕਰਕੇ ਧਰ ਦੇਣਾ ਔਰ ਰੱਬ ਦੇ ਘਰ ਤੇ ਵੀ ਹਉਮੈ ਰੱਬ ਦੇ ਖਿਆਲ ਤੇ ਵੀ ਹਉਮੈ ਜੇ ਮੈਂ ਨਾ ਨਾ ਕੋਈ ਉਪਜਾਰ ਕਰਾਂ ਤੇ ਔਰ ਪਤਾ ਨਹੀਂ ਇਹਦਾ ਗੁਰਮਤ ਦਾ ਮੂੰਹ ਕਿੱਧਰ ਨੂੰ ਉਜਾਵੇ ਪਤਾ ਨਹੀਂ ਕਿਹੜਾ ਕਿੱਧਰ ਨੂੰ ਚਲਾ ਜਾਵੇ ਨਹੀਂ ਹੋਏ ਗੁਰਮਖਾ ਉਹ ਦਾਤਾ ਸਭ ਕੁਝ ਕਰਨ ਵਾਲਾ ਆ ਉਹਨੇ ਤੈਨੂੰ ਪੈਦਾ ਕੀਤਾ ਉਹਨੇ ਤੇਰੇ ਬਾਪ ਨੂੰ ਪੈਦਾ ਕੀਤਾ ਉਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਔਰ ਪਹਿਲਾਂ ਵੀ ਦਾਤਾ ਸੀ ਪਹਿਲਾਂ ਵੀ ਦੁਨੀਆ ਸੀ ਤੇ ਜਿੱਦਣ ਆਪਾਂ ਨੂੰ ਚਾਰ ਪਾਈਆਂ ਨੇ ਚੱਕ ਲੈਣਾ ਪਿਛੋ ਦਾਤਾ ਰਹਿ ਜਾਣਾ ਹੈ ਦੁਨੀਆ ਵੀ ਰਹਿ ਜਾਣੀ ਆ ਕਹਿੰਦੇ ਤੂੰ ਆਪਣਾ ਲਖਸ਼ ਕਰ ਕਿ ਦਾਤਾ ਜਿੰਨੇ ਕੋ ਮੈਨੂੰ ਸਵਾਸ ਬਖਸ਼ੇਈ ਸਮਾਂ ਬਖਸ਼ੇਈ ਇਹ ਤੇਰੀ ਕਿਰਪਾ ਤੋਂ ਬਿਗੈਰ ਸਫਲਾ ਨੀ ਹੋਣਾ ਤੂੰ ਕਿਰਪਾ ਕਰੇ ਸਫਲਤਾ ਦੇ ਸਹਤ ਹੋਵੇ ਆ ਜਿਹੜਾ ਮੈਨੂੰ ਪਰਿਵਾਰ ਬਖਸ਼ਿਆ ਈ ਇਹ ਤੇਰੀ ਕਿਰਪਾ ਤੋਂ ਬਿਗੈਰ ਸਫਲ ਨੀ ਹੋਣਾ ਇਹ ਤੇਰੀ ਕਿਰਪਾ ਤੋਂ ਬਿਗੈਰ ਚੜਦੀ ਕਲਾ ਵਿੱਚ ਨਹੀਂ ਹੁੰਦਾਣਾ ਕਾਰੋਬਾਰ ਬਖਸ਼ਿਆ ਈ ਇਹ ਤੇਰੀ ਰਹਿਮਤ ਤੋਂ ਬਿਗੈਰ ਸੋਭਾ ਵਾਲਾ ਨੀ ਹੋਣਾ ਭਾਈ ਸਾਹਿਬ ਕਹਿੰਦਿਆ ਮਨ ਦੇ ਅੰਦਰ ਨਿਮਰਤਾ ਆਵੇ ਖਿਆਲਾਤ ਆਵੇ ਔਰ ਮਮਤਾ ਦਾ ਬੱਜਾ ਹੋਇਆ ਔਰ ਸਿਰ ਤੇ ਭਾਰ ਚੁੱਕਦਾ ਪੰਡ ਚੁੱਕਦਾ ਤੇ ਉਹ ਪੰਡ ਚੁੱਕਣ ਨਾਲ ਫਿਰ ਡੁੱਬਦਾ ਹੈ ਮਹਾਰਾਜ ਕਬੀਰ ਸਾਹਿਬ ਕਹਿੰਦੇ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਉਹ ਜਿਹੜੀਆਂ ਪੰਡਾ ਮਮਤਾ ਦੀਆਂ ਪਾਪਾਂ ਦੀਆਂ ਚੁੱਕੀਆਂ ਉਹਦੇ ਨਾਲ ਡੁੱਬ ਗਏ ਕਿਉਂਕਿ ਲੋਗ ਅਗਨਾ ਕੀ ਬੰਨੇ ਗੰਠੂੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਖ ਨਨਕਾ ਵਿਰਲਾ ਕੋਈ ਹੋਏ ਉਨਾ ਪੰਡਾਂ ਦੇ ਨਾਲ ਪਾਪਾਂ ਦੀਆਂ ਨਾਲ ਡੁੱਬਣ ਲੱਗੇ ਦੀਨੋਂ ਡੰਡ ਖੰਡ ਖੰਡਾ ਖੇਦ ਢਾਮ ਠਾਮ ਕੋ ਕਹਿ ਲੱਗੇ ਫਿਰ ਇਹਨਾਂ ਨੂੰ ਦੀਨੋਂ ਡੰਡ ਇਹਨਾਂ ਨੂੰ ਸਜ਼ਾ ਮਿਲਣ ਲੱਗੀ ਉਹ ਮਮਤਾ ਦੇ ਵਿੱਚ ਫਸਿਆ ਹੋਇਆਂ ਤੇ ਅਰ ਸਜ਼ਾ ਐ ਮਿਲੀ ਖੰਡ ਖੰਡ ਛੇਦ ਛੇਦ ਕੇ ਟੁਕੜੇ ਟੁਕੜੇ ਕਰਕੇ ਇਹਨਾਂ ਨੂੰ ਚੂਰ ਚੂਰ ਕੀਤਾ ਗਿਆ ਔਰ ਠਾਮ ਠਾਮ ਥਾਂ ਥਾਂ ਤੇ ਵਖਰੀ ਵਖਰੀ ਤੇ ਇਨਾਂ ਦੇ ਟੁਕੜੇ ਟੁਕੜੇ ਕੀਤੇ ਗਏ ਮਹਾਰਾਜ ਵੀ ਕਹਿੰਦੇ ਲੇਖਾ ਲੀਜੈ ਤਿਲ ਦੀੋਂ ਪੀੜੀ ਔਰ ਫਿਰ ਉਹ ਲੇਖਾ ਲਗਾ ਤੇ ਐਉਂ ਮਨ ਦੇ ਖਿਆਲਾਤ ਬਣ ਗਏ ਭਾਈ ਸਾਹਿਬ ਕਹਿੰਦੇ ਇੱਕ ਇੱਕ ਤੇਰੇ ਟੁਕੜੇ ਟੁਕੜੇ ਤੂੰ ਸਾਹਬ ਕਿਤਾਬ ਹੋਣਾ ਹੀ ਸਜਣਾ ਤੂੰ ਰੱਬ ਵੱਲ ਨੂੰ ਤੁਰ ਮਨ ਮੰਨੀਆਂ ਨਾ ਕਰ ਮਮਤਾ ਬੱਦੇ ਦਾ ਹਾਲਾਤ ਹਾਲਤ ਉਹਦੀ ਇਹ ਹੋਵੇਗੀ ਜਿਹੜੀ ਦੱਸ ਰਹੇ ਨੇ ਗੁਰੇ ਉਪਦੇਸ਼ ਨੇ ਕਾਮਿ ਔ ਨਿਰਾਸ਼ ਭਏ ਜਿੰਨਾ ਗੁਰੂ ਦਾ ਉਪਦੇਸ਼ ਗ੍ਰਹਿਣ ਕੀਤਾ ਨਾ ਉਹ ਉਪਦੇਸ਼ ਗ੍ਰਹਿਣ ਕਰਕੇ ਨਿਹ ਕਾਮ ਨਿਰਾਸ਼ ਬਹੇ ਉਹ ਇਛਾ ਤੂੰ ਰਹਿਤ ਹੋ ਗਏ ਕਾਮਨਾਵਾਂ ਤੂੰ ਰਹਿਤ ਹੋ ਗਏ ਉਨਾਂਤੀ ਉਹ ਬਸਤਾ ਆ ਗਈ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਸੇਵਾ ਕਰਤ ਹੋਏ ਨਹਿ ਕਾਮੀ ਨਹਿ ਕਾਮੀ ਦਾ ਅਰਥ ਹੁੰਦਾ ਹੈ ਕਾਮਨਾ ਤੋਂ ਰਹਿਤ ਹੋਣਾ ਅਰ ਸੇਵਾ ਤਾਂ ਕਰਦਾ ਹੁਨ ਕਾਮਨਾ ਤੋਂ ਰਹਿਤ ਹੋ ਕੇ ਆ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਉਹਨੂੰ ਮਾਲਕ ਮਿਲਦਾ ਹੈ ਗੁਰੇ ਉਪਦੇਸ਼ ਨਹਿ ਕਾਮੇ ਔ ਨਹਿ ਰਾਸ ਭਏ ਆਸਾ ਤੋਂ ਰਹਿਤ ਹੋ ਗਿਆ ਉਪਦੇਸ਼ ਨੂੰ ਕਮਾਉਂਦਾ ਨਿਮਰਤਾ ਸਹਿਜ ਸੁਖ ਨਿਧ ਪਦ ਨਾਮ ਕੋ ਹਿਰਦੇ ਚ ਨਿਮਰਤਾ ਧਾਰੀ ਅੰਦਰ ਸ਼ਾਂਤੀ ਹੋਣ ਲੱਗ ਪਈ ਸੁਖ ਪ੍ਰਦਾਨ ਹੋਣ ਲੱਗ ਪਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਨਿਜ ਪਦ ਉਹ ਪਦ ਉਹ ਮਰਤਬਾ ਜਿਹੜਾ ਨਾਮ ਅਭਿਆਸੀਆਂ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਨਾਮ ਜਪ ਕੇ ਹਾਸਲ ਹੁੰਦਾ ਹੈ ਕਿ ਨਾਮੀ ਵਿੱਚ ਮਿਲਦਾ ਨਾ ਉਹ ਮਰਤਬਾ ਪ੍ਰਾਪਤ ਕਰਦਾ ਹੈ ਗੁਰਸਿੱਖ ਜਦੋਂ ਗੁਰੂ ਦੇ ਵੱਲ ਨੂੰ ਤੁਰਦਾ ਹੈ ਗੁਰੂ ਨਾਲ ਜੁੜਦਾ ਹੈ ਇਹ ਭਾਈ ਸਭਾਈ ਗੁਰਦਾਸ ਸਾਹਿਬ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਸੂਝ-ਬੂਝ ਬਖਸ਼ੀਏ ਅਸੀਂ ਸੰਸਾਰ ਵਿੱਚ ਰਹਿੰਦੇ ਹੋਏ ਨਿਰੰਕਾਰ ਨਾਲ ਜੁੜੀਏ ਉਹਦੇ ਮਾਰਗ ਤੇ ਤੁਰੀਏ ਕਿ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਨੇ ਗੁਰੂ ਕੇ ਬਚਨ ਜਾਣ ਹਿਰਦਿਆਂ ਅੰਦਰ ਵਸਾਉਣੇ ਦਾਸ ਪਾਸੋਂ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਬਖਸ਼ ਦੇਣਾ ਅਗੇ ਤੋਂ ਸ੍ਰੇਸ਼ਟ ਮਤਬੁੱద్ధి ਬਖਸ਼ਿਸ਼ ਕਰਨੀ ਜੋ ਪੜ ਪੜਾ ਕੇ ਗੁਰੂ ਕੀ ਵਿਚਾਰ ਗੁਰਮਤ ਦੀ ਵਿਚਾਰ ਗੁਰੂ ਹਜੂਰੀ ਅੰਦਰ ਗੁਰੂ ਕੀ ਸੰਗਤ ਤੱਕ ਉਨਚਾ ਸਕੀਏ ਸਤਿਗੁਰੂ ਸਾਨੂੰ ਸਾਰਿਆਂ ਨੂੰ ਬਖਸ਼ ਲੈਣ ਸਾਡਾ ਆਕੀਦਾ ਇਮਾਨ ਸਤਿਗੁਰੂ ਤੇ ਆਵੇ ਸ਼ਬਦ ਤੇ ਪਰੋਸਾ ਕਰੀਏ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਜੀਵਨ ਆਧਾਰ ਬਣਾਈਏ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ